ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮੁ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਐਤਮਾਦ ਟੀਵੀ ਅਤੇ ਮੈਂ ਤੁਹਾਡਾ ਦੋਸਤ ਮਨਜ਼ੂਰ ਅਹਿਮਦ। ਦੋਸਤੋ, ਤੁਹਾਡੇ ਵਾਸਤੇ ਲੈ ਕੇ ਆਏ ਅੱਜ ਮਾਸ਼ਾਅੱਲਾ ਚਾਰ ਅਤੇ ਚਾਰੇ ਸੱਜਰਾਂ ਸੂਈਆਂ ਹੋਈਆਂ ਨੇ, ਬਿਲਕੁਲ ਕੁਛ ਤਾਜ਼ੀਆਂ, ਕੁਛ ਇੱਕ ਦੋ ਦਿਨਾਂ ਦੀਆਂ। ਬਾਕੀ ਡਿਟੇਲ ਜਿਹੜਾ ਨਾ ਚਾਚੂ ਹੋਰਾਂ ਦੇ ਕੋਲ ਲੈਂਦੇ ਹਾਂ ਅਤੇ ਮੱਝਾਂ ਕੈਮਰਾਮੈਨ ਦਿਖਾਉਂਦੇ ਨੇ। ਮੱਝਾਂ ਦੇਖਣ ਤੋਂ ਪਹਿਲਾਂ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ ਅਤੇ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਰੋਜ਼ਾਨਾ ਦੀ ਨਹੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਿਲਕੁਲ ਆਸਾਨੀ ਨਾਲ ਪਹੁੰਚ ਸਕੇ। ਰਾਹ ਹੋਣਾ ਚਾਹਤੇ ਹਮੇ ਚਾਚਾ, ਇੱਕ ਮਿੰਟ ਇੱਧਰ ਥੋੜ੍ਹਾ ਜਿਹਾ ਸਾਨੂੰ ਟਾਈਮ ਦਿਓ। ਅਸਲਾਮ ਅਲੈਕੁਮ, ਕੀ ਹਾਲ ਨੇ? ਠੀਕ ਹੋ? ਕੀ ਨਾਮ ਹੈ ਜੀ ਆਪਣਾ? ਮੁਹੰਮਦ ਰਮਜ਼ਾਨ ਨਾਮ ਹੈ। 400 ਪੂਰਾ ਮੁਸਰੇਰਾ ਚੱਕ, ਗੰਡਾਸ ਚੌਕ ਤੋਂ ਬਿਲਕੁਲ 1 ਕਿਲੋਮੀਟਰ ਕਰ ਲਓ ਨਾਲ ਹੀ ਹੈ, ਤਹਿਸੀਲ ਤਾਂਦਲਿਆਂ ਵਾਲਾ, ਜ਼ਿਲ੍ਹਾ ਫੈਸਲਾਬਾਦ, ਜਿੱਥੇ ਚਾਰੇ ਮੱਝਾਂ ਖਲੋਤੀਆਂ। ਚਾਚਾ, ਅਸੀਂ ਮੱਝਾਂ ਵਿਖਾਉਂਦੇ ਹਾਂ, ਚਾਰੇ ਸੂਈਆਂ ਜਾਂ ਸੱਜਰੀਆਂ ਨੇ, ਅਸੀਂ ਮੱਝਾਂ ਵਿਖਾਉਂਦੇ ਹਾਂ ਅਤੇ ਨਾਲ ਨਾਲ ਤੁਸੀਂ ਸਾਨੂੰ ਕੋਈ ਥੋੜ੍ਹੀ ਜਿਹੀ ਨਾ ਦੱਸਣਾ ਹੈਗਾ। ਮਾਝ ਨੰਬਰ 1 ਦਿਖਾਓ ਜੀ। ਇਹਦਾ ਤਾਂ ਡਿਟੇਲ ਇਹ ਹੀ ਹੈ ਜੀ ਦੋਸਤੋ, ਅੱਜ ਜੇਰ ਉਵੇਂ ਬਿਲਕੁਲ ਨਾਲ ਹੀ ਸੂ, ਜੇਰ ਪਾਈ ਕੋਈ ਨਹੀਂ ਸੂ। ਇਹ ਚਾਚਾ ਕਿੰਨਵਾਂ ਸੁਬਹ ਸੂਈ ਖੜੀ ਹੈ? ਦੂਸਰਾ ਸੁਬਹ ਸੂਈ ਖੜੀ ਹੈ ਜੀ, ਦੂਜਨ ਛੋਟੀ ਹੈ ਬਿਲਕੁਲ, ਹੈ ਹੁਣੀ ਸੂਈ ਹੈ, ਜੇਰ ਅਜੇ ਇਹਨੇ ਸੁੱਟੀ ਨਹੀਂ ਹੈ, ਜੇਰ ਮਗਰ ਹੀ ਹੈ। ਦੂਜਾ ਸੁਬਹ ਦੋਸਤੋ ਸੂਈ ਖੜੀ ਜੇ ਬਿਲਕੁਲ ਹੀ, ਅਜੇ ਆਪਣਾ ਜੇਰ ਹੀ ਨਾਲ ਹੈ। ਥੱਲੇ ਕੱਟਾ ਥੱਲੇ ਆਣਾ ਬਾਬਾ, ਕੱਟਾ ਥੱਲੇ ਸੂ ਜੀ। ਬਾਕੀ ਮਾਸ਼ਾਅੱਲਾ ਤੁਸੀਂ ਦੇਖ ਰਹੇ ਹੋ, ਸੋਹਣੀ ਸਿੰਘੀ ਹੈ ਮਾਸ਼ਾਅੱਲਾ, ਸੋਹਣੇ ਜਿਹੜਾ ਨਾ ਬੂਥੀ ਸੋਹਣੀ, ਸੁ ਕਾਲੀ ਸਿਆਹ, ਮੱਥਾ ਜਿਹੜਾ ਨਾ ਇਹ ਸੁਗਿਆ ਸਫੈਦ, ਅੱਖਾਂ ਕਾਲੀਆਂ, ਬਿੱਲੀਆਂ ਬਲਕਿ ਥੋੜ੍ਹੀਆਂ, ਅਤੇ ਕੱਟਾ ਮਾਸ਼ਾਅੱਲਾ ਬੜਾ ਤਗੜਾ ਹੈ, ਬਲਕਿ ਤਾਜ਼ੀ, ਬਿਲਕੁਲ ਤਾਜ਼ੀ ਸੂਈ ਖਲੀ, ਅਤੇ ਮਾਸ਼ਾਅੱਲਾ ਫਾਲ ਬੜਾ ਤਗੜਾ ਫਾਲ ਹੈ, ਅੱਲਾਹ ਪਾਕ ਨਸੀਬ ਕਰੇ। ਇਹ ਦੇਖ ਰਹੇ ਹੋ ਦੋਸਤੋ, ਬਾਕੀ ਆ ਥਣ ਮਾਸ਼ਾਅੱਲਾ ਦੇਖ ਲਵੋ, ਜੋਟੀ ਦਾ ਥਣ ਬਿਲਕੁਲ ਮੁੱਠੀ ਭਰ ਥਣ ਹੈ, ਅਤੇ ਵਿਰਲ ਦੇ ਵਿੱਚ ਦੋਸਤੋ ਤੁਸੀਂ ਖੁਦ ਦੇਖ ਰਹੇ ਹੋ ਕਿਤਨੀ ਵਿਰਲ ਹੈ ਅਤੇ ਕਿਸ ਤਰ੍ਹਾਂ ਲਾਟੂ ਵਰਗਾ ਥਣ ਹੈ। ਦਿਖਾਓ ਇੱਧਰ ਜਿਹੜਾ ਨਾ ਤੁਰ ਜਾਂਦੇ, ਦਿਖਾ ਦੇਵੋ ਇੱਧਰ, ਪਿੱਛਾ ਲਾਇਆ ਉਸ ਇੱਧਰ ਪਿੱਛਾ, ਕੋਈ ਨਹੀਂ ਉਹਦੇ ਨਾਲ ਲੈ ਜਾਓ, ਅਸੀਂ ਦਿਖਾ ਲਈ ਇੰਨੇ ਕੇ ਨਾਲ ਨਾਲ। ਸਾਨੂੰ ਵਗੈਰਾ ਦਿਖਾ ਦਿਓ ਦੋਸਤਾਂ ਨੂੰ, ਦੋਨਾਂ ਸਾਈਡਾਂ ਤੋਂ ਚਾਚਾ ਦੇ ਕਿੰਨੀ ਕੀਮਤ ਹੈ? ਚਾਚਾ ਇੱਥੇ ਲੱਗ ਗਿਆ ਹੁਣ ਮੇਰੇ ਕੋਲ, ਤੇ ਇਹਦੀ ਹੁਣ ਕਿੰਨੀ ਕੀਮਤ ਹੈ ਜਾਇਜ਼ ਜੀ? 30 ਦੀ, 1-30 ਕਿ 2-30? 2-30, 2,30,000 ਦੀ ਚਾਚੇ ਨੂੰ ਵੀ ਮੈਂ ਪਹਿਲੇ ਵੀ ਕਿਹਾ ਕਿ ਜਿਹੜਾ ਨਾ ਕੋਈ ਜਾਇਜ਼ ਦੀ ਮੁਨਾਸਿਬ ਜੀ ਜਿਹੜੀ ਕੋਈ ਸਮਝ, ਜਿੰਨੇ ਦੀ ਦੇਣੇ ਹੋਵੇ, ਬਹਿਸ ਦੀ ਆਪਣਾ ਵੀਡੀਓ ਲੰਬੀ ਹੋ ਜਾਣੀ। ਚਾਚਾ ਫਾਈਨਲ ਕੀਮਤ ਹੈ ਜਾਂ ਕੋਈ ਇਹਦੇ 'ਚ ਗੁੰਜਾਇਸ਼ ਹੈ ਤਾਂ ਦੱਸ? ਕੋਈ ਨਹੀਂ ਗੁੰਜਾਇਸ਼ ਹੈ ਜੀ, ਇਹ ਫਾਈਨਲ ਕੀਮਤ 2,30,000 ਦੋਸਤੋ, ਇਹ ਦੂਜਨ ਜੋਟੀ ਦੀ ਕੀਮਤ ਜੇ। ਬਾਕੀ ਜਿਹੜਾ ਜੋਟੀ ਨੰਬਰ 2 ਨਾਲ ਦਿਖਾਓ ਜੀ, ਦੂਸਰੇ ਨੰਬਰ 'ਤੇ ਦੋਸਤੋ ਤੁਹਾਨੂੰ ਜੋਟੀ ਦਿਖਾ ਰਹੇ ਹਾਂ, ਦੂਜਾ ਸੂਆ ਸੂਈ ਖੜੀ ਜੇ, ਅੱਜ ਤੀਸਰਾ ਦਿਨ ਇਹਨੂੰ ਸੂਈ ਨੂੰ ਹੈ, ਥੱਲੇ ਕੱਟਾ ਹੈ, ਕੱਟਾ ਵੀ ਨਾਲ ਕੈਮਰਾਮੈਨ ਦਿਖਾਉਂਦੇ ਨੇ, ਅਤੇ ਇਹਦੇ ਕੋਲ ਪਿਛਲੀ ਜੋੜੀ ਦਾ 13-14 ਕਿਲੋ ਦੁੱਧ ਹਾਜ਼ਰ ਮੌਕੇ, ਤੀਸਰੇ 3 ਦਿਨ ਦੀ ਸੂਈ ਦਾ ਬੋਲਾ, 13-14 ਕਿਲੋ ਇਹਦੇ ਥੱਲੇ ਜੇ ਦੁੱਧ ਜਿਹੜਾ ਨਾ ਦੋਨਾਂ ਟਾਈਮਾਂ ਦਾ, ਮਤਲਬ ਕਿ 6.5 ਕਿਲੋ ਪਿਛਲੀ ਜੋੜੀ ਦਾ ਇੱਕ ਟਾਈਮ ਦਾ, ਅਤੇ 6.5 ਕਿਲੋ ਇੱਕ ਟਾਈਮ ਦਾ, 13-14 ਕਿਲੋ ਦੁੱਧ ਇਹਦੇ ਥੱਲੇ ਜੇ। ਬਾਕੀ ਹੈਵਾਨਾ ਲਿਬਾਸ ਜਿਹੜਾ ਦੋਸਤ ਕਹਿੰਦਾ ਕਿ ਲਿਬਾਸ ਕਿਆ ਕਰੋ, ਤੁਸੀਂ ਦੇਖ ਰਹੇ ਹੋ ਖੁਦ ਮਾਸ਼ਾਅੱਲਾ, ਮਾਝ ਦਾ ਪੁੱਠਾ, ਮਾਝ ਦਾ ਕੱਦ, ਮਾਝ ਦੀ ਵੇਲ ਉਹ ਤੁਹਾਡੇ ਸਾਹਮਣੇ ਹੈ, ਮਾਝ ਦੇ ਥਣ ਦੀ ਵਿਰਲ, ਬਾਕੀ ਸਾਰਾ ਕੁਛ ਤੁਸੀਂ ਆਪ ਹੀ ਦੇਖ ਰਹੇ ਹੋ, ਖੁਦ ਇਸ ਚੀਜ਼ ਨੂੰ ਪਰਖ ਸਕਦੇ ਹੋ ਕਿ ਕੀ ਚੀਜ਼ ਹੈ। ਅਤੇ ਮਾਸ਼ਾਅੱਲਾ 3 ਦਿਨ ਦੀ ਸੂਈ ਜਿਹੜਾ 13-14 ਕਿਲੋ ਦੁੱਧ ਦਿੰਦੇ ਪਏ, ਅਤੇ ਇਨਸ਼ਾਅੱਲਾ ਹੋਰ ਇਹਨੇ ਦੁੱਧ ਕਰਨਾ ਜੀ। ਦੋਸਤੋ ਡਿਟੇਲ ਸਾਰੀ ਮੈਂ ਨਾਲ ਹੀ ਦੇ ਦਿੱਤੀ ਹੈ, ਚਾਚੂ ਉਹਨਾਂ ਨੂੰ ਕਿਹਾ ਇਸ ਤਰ੍ਹਾਂ ਵੀਡੀਓ ਲੰਬੀ ਨਾ ਹੋਵੇ। ਅਤੇ ਚਾਚਾ ਇਹਦੀ ਕੀਮਤ ਕਿੰਨੀ ਹੋਣਾ? 3,30,000। ਇਹਦੀ ਜ਼ਿਆਦਾ ਨਹੀਂ ਹੈ ਕੀਮਤ? ਵੇਖ ਲਾ ਚਾਚੇ, ਇਲਾਕੇ 'ਚ ਹੀ ਹੋ ਜੀ, ਕੋਈ ਨਹੀਂ, ਤਾਂ ਤੂੰ ਕਿੱਥੋਂ ਲੈ ਆਉਂਦੀ? ਅੱਛਾ, ਕੋਈ ਇਹਦੇ 'ਚ ਗੁੰਜਾਇਸ਼ ਹੈ? ਗੁੰਜਾਇਸ਼ ਕਰ ਚਾਚਾ ਕੀਮਤ ਇਹਦੀ, ਮੇਰੇ ਹਿਸਾਬ ਨਾਲ ਤਾਂ ਜ਼ਿਆਦਾ ਨਾ ਲੱਗਦੀ।
202 नंबर जी मैं तुम दिखाई थले कट्टा जे 3 दिन की सूई है नाड़ू बिल्कुल अजे थले जे कट्टा ही माशाल्लाह तकड़ा है सोहना फल है पिछले दोने पैर चिट्टे सफेद फुली मत्थे च माशाल्लाह सोहना है बाकी मज तुसी देखी दोस्तों मज माशाल्लाह हर पासों मूँह वालों थन वालों विरल वालों पुठे वालों हर पासों सोहनी मज लै आओ जी तीसरे नंबर मज नंबर 3 जी दोस्तों तुसी देख रहे हो मज नंबर 3 चाचा दी की डिटेल के दूसरा सुबह सूई है ये भी दूसरा सुबह सूई खड़ी है किन्ने दिन आज सूई नो हो गया सो इन भी तीसरा चौथा दिन है सूई नो ये तीसरे सुबह तो नहीं लगती भी चाचा पक्की गल है दूजे ने दूजे ने भी है जी 3 दिन सूई ने थले की है ये थले भी कट्टा तो यदा हम दुद्ध इस टाइम ये थले कि ये को भी 12 से 13 किलो दुद्ध है जी इस हाजिर मौके जो ये पिछली जोड़ी का या मुकम्मल मुकम्मल पिछली जोड़ी का 12-13 किलो है ये जी बच्ची नाल बच्ची चलती तो नहीं बिल्कुल छोटी है बिल्कुल छोटी जी बच्ची है दोस्तों नाल लेकिन वो थन थना दे नाल ना चलती कोई नहीं बंद है बाकी थन माशाल्लाह तुसी देख रहे हो तुहाडे सामने थन दे विरल होगी थन दे मुट्ठी भर या लंबाई जिहड़ी तुसी देख रहे हो बिल्कुल माशाल्लाह सोहने सोहने ते छोटे छोटे थाने सो इहदे थले भी 12 से 13 किलो पिछली जोड़ी दा दोनों टाइमां दा इहदा बच्चा है इहदा आ बच्चा जी ये भी कट्टा है नाड़ू में कट्टा है भी है जी दोस्तों ए नाड़ू थले जी ए देख रहे हो ये दिन थले भी है 3 से 4 दिन की भी सूई हुई है जी बाकी माशाल्लाह भी सोहनी निके निके सिंगे सूंगे सोहनी बूथी पतली है बरीक चमड़ी है ये किन्नी कीमत है चाचा 270,000 रुपया ये बिचू की गुंजाइश है प्यार मुहब्बत पतली चमड़िया देखो दोस्तों डोर तो कोई नहीं लगता पाया लेकिन हालात भी चाचा बड़े अल्लाह पाक अपना रहम फरमावे बड़े नाजुक जे हालात हैं जिमें करोना की वबा फैली हुई है अल्लाह पाक सारे अपने हिफ्ज़ अमान रखे जेडे पाकिस्तान हैं या पाकिस्तान तो बाहर अपने वतन अजीज तो बाहर अल्लाह पाक उन्होंने रोजी की बरकत पावे अल्लाह पाक उन्होंने हमेशा साड़िया दुआवा उन्होंने नाल अल्लाह पाक हमेशा उन्होंने महफूज रखे तो खुश रखे चाचा उन्हें गुंजाइश करके कीमत दसो कि फिर भी कोई वीडियो अपने लंबी नहीं करनी को जी है गुंजाइश दसो सानू पक्की कोई नहीं है जी गुंजाइश 270,000 दे चलो लै आओ माज नंबर 3 पे जी सॉरी 4 पे 3 दिखा लिया चौथी है 4 नंबर माज है जी ये भी दूसरा सुबह सूई खड़ी है जी अच्छा पहला ने जी पहला सुबह सूई है कद माशाल्लाह सोहना इस माज का काली नील बिल्कुल हर पास अखा कालिया सिंह काले हर पास पूछल तक लेकिन ये भी कोई नहीं सफेद ये भी बिल्कुल काला तो थन दिया गिठ गिठ जिन विरल आने जी है विरल तो बाकी थन मोटाई देख लो तो इन्हें भी दूसरा मुठ्ठी बार थान है फिर लिबास माशाल्लाह सोहना बनाया एक ये भी 3-4 दिन की सूई है 3-4 दिन की यही दोस्तों सूई खड़ी है ये थले कट्टी है जी पहले ये पहले जुटी है तो ये थले कट्टी जे कट्टी भी दोस्त दिखा दें दिन यदि कीमत कितनी है जी 2.5 लाख रुपया तो यह दुध कितना है 15 किलो होना है हाजिर मौके 15 किलो दुद्ध इस दोनों टाइमों का मुकम्मल मुकम्मल बच्चे समेत दुद्ध को 15 किलो है जी ए थले कट्टी जे बड़ा माजदा ए नाड़ू एदा कि डिग गया या खा गए बच्चे अच्छा ये 8 दिन की सूई हुई है ठीक हो गया काम भी चेक लिया तो नाले दूसरा ये 7-8 दिन की 200 सूई जी शायद मैं पहले कह चुका कि 2-3 दिन की मतलब 7-8 दिन की सूई हुई जी बाकी माशाल्लाह हर पास सोहनी है 2.5 लाख तो चाचा को गुंजाइश है हूँ अच्छा गुंजाइश है बिल्कुल ही कोई नहीं जी पहले कार छड़ी गल पूरी कार छड़ी ठीक हो गया
ਨੰਬਰ ਕੀ ਹੈ ਚਾਚਾ ਤੁਹਾਡਾ ਆਪਣਾ? ਨੰਬਰ ਕਿਸੇ ਦੋਸਤ ਨੂੰ ਬਾਈ ਨੂੰ ਪਸੰਦ ਆਉਂਦੀਆਂ, ਚਾਰੇ ਮੱਝਾਂ ਮਾਸ਼ਾਅੱਲਾ ਸਜਰੀਆਂ ਸੂਈਆਂ ਹੋਈਆਂ, ਤੁਸੀਂ ਪਸੰਦ ਕਰਕੇ ਖਰੀਦ ਸਕਦੇ ਹੋ। ਠੀਕ ਹੈ ਦੋਸਤੋ, ਅਗਲੀ ਵੀਡੀਓ ਤੱਕ ਦੇ ਇਜਾਜ਼ਤ।